बिस्मिल्लाहिर्रहमानिर्रहीम, अस्सलाम वालेकुम। देसी माहौल दे विच हो गया जी, सारे वीरां नूं खुश आमदीद। उम्मीद करदा कि सारे दोस्त वीर भरा खैर वाफीयत दे नाल होणगे। अज 2024 दा पहला जुमा जी, सब नूं जुमा मुबारक। तो दुआ करो कि साल पाकिस्तान वास्ते ते मुस्लिम उम्मा वास्ते खैर वाफीयत दा साल होवे। मौसम जी पहले दी तरह ठंडा ठार, जिस तरह के 3-4 दिनों तो चल रहा। मैं इस टाइम मौजूद हाँ जी वीर शमशाद दी घर दे बाहर, उन्होंने दुकान दे कोल। आओ चलते हैं उन्होंने कोई गलबात कर। अस्सलाम वालेकुम जी। जनाब अस्सलाम वालेकुम, की हाल चाल है जनाब? कैसे हो? तबीयत से और भी हाल है सुना जी, तबीयत से नहीं है तो सही आ रही है जबरदस्त। और जनाब की हाल चाल है जी? ਇਹ ਜੀ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ ਭਾਈ ਹੈਗੇ ਆਪਣੇ, ਬੜੇ ਠੀਕ ਹੈ ਜੀ। ਅੱਗੇ ਵੀ ਤੁਹਾਨੂੰ ਦੱਸਿਆ ਇਹਨਾਂ ਦੀ ਸਪਰੇਆਂ ਦੀ ਦੁਕਾਨ ਆ ਤੇ ਸੁਬਹਾ ਸੁਬਹਾ ਜੀ ਜਿਸ ਟਾਈਮ ਖੇਤਾਂ ਨੂੰ ਜਾਈਏ ਨਾ ਤਾਂ ਫਿਰ ਭਾਈ ਇਹਨੂੰ ਮਿਲ ਕੇ ਜਾਣਾ ਇੱਕ ਬੜੀ ਗੱਲ ਹੈ ਜੀ। ਕਿਉਂ ਜੀ? ਭੈਲਾ ਯਾਰ ਸਾਹਿਬ ਆ ਜੀ ਸਾਡੇ ਨਾਲ ਪਿੰਡ ਚਰਖੀ, ਉੱਥੋਂ ਜਨਾਬ ਤਸ਼ਰੀਫ ਲੈ ਆਏ। ਹੋਰ ਜਨਾਬ ਕੀ ਹਾਲ ਚਾਲ ਹੈ ਜੀ? ਜੁਮਾ ਮੁਬਾਰਕ ਆ ਜੀ, ਪਹਿਲਾ ਜੁਮਾ ਜੀ 2024 ਦਾ ਜੀ। ਦੁਆ ਕਰਿਆ ਕਰੋ ਜੀ ਸਾਰਿਆਂ ਵਾਸਤੇ। ਕੋਈ ਗੱਲਬਾਤ ਜਿਹੜੀ ਕਰਨਾ ਚਾਹੋ ਥੋੜੀ ਜਿਹੀ ਉੱਚੀ ਆਵਾਜ਼ 'ਚ, ਥੋੜੀ ਜਿਹੀ ਉੱਚੀ ਆਵਾਜ਼, ਕੋਈ ਆਵਾਜ਼ ਆਵੇ ਪਤਾ ਲੱਗੇ ਕੀ ਪੁੱਛੋ ਤੁਸੀਂ, ਕੋਈ ਗੱਲ ਪੁੱਛੋਗੇ ਤੁਸੀਂ ਕਰਾਂਗੇ। ਨਹੀਂ ਕੋਈ ਪੈਗਾਮ ਜਿਹੜਾ ਹੈ ਜੁਮੇ ਦੇ ਹਵਾਲੇ ਨਾਲ, ਅੱਜ ਦੇ ਦਿਨ ਦੇ ਹਵਾਲੇ ਨਾਲ ਮੁਬਾਰਕ ਦੇਣਾ ਵੀ ਅੱਜ। ਹਾਂਜੀ ਮਾਸ਼ਾਅੱਲਾ ਜੀ, ਅੱਲਾਹ ਪਾਕ ਆਸਾਨੀਆਂ ਕਰੇ। ਜੁਮਾ ਵੀ ਪੜ੍ਹਨਾ ਚਾਹੀਦਾ ਪਾਬੰਦੀ ਨਾਲ ਜੀ, ਪਹਿਲੇ ਜਾਣਾ ਚਾਹੀਦਾ, ਟਾਈਮ ਨਾਲ ਪਹੁੰਚਣਾ ਚਾਹੀਦਾ ਮਸਜਿਦ 'ਚ। ਬਿਲਕੁਲ ਚਲੋ ਚੈੱਕ ਕਰਦੇ ਹਾਂ ਜਿੰਨਾ ਤੁਸੀਂ ਹੌਲੀ ਬੋਲ ਰਹੇ ਹੋ ਜੇ ਵਿੱਚ ਤੁਹਾਡੀ ਆਵਾਜ਼ ਆ ਗਈ ਹੋਈ ਜੀ। ਹੈ ਕੋਸ਼ਿਸ਼ ਕਰਾਂਗੇ ਆਵਾਜ਼ ਵਧਾਵਾਂਗੇ ਜੀ ਅਸੀਂ ਆਪਣੇ, ਤੁਸੀਂ ਤਾਂ ਕੋਈ ਨੀ ਵਧਾਈ ਅਸੀਂ ਵਧਾਵਾਂਗੇ ਜੀ। ਹੈ ਸ਼ੁਕਰੀਆ ਜੀ, ਅੱਲਾ ਖੁਸ਼ ਰੱਖੇ। ਜਾਣਾ ਨੀ ਮਰੱਬੇ ਨੂੰ? ਮਰੱਬੇ ਜਾਣਾ ਜੀ ਕਦੋਂ ਨੂੰ? ਮੈਂ ਤਾਂ ਹੁਣ ਇੱਕ ਵਾਰੀ ਚੱਲਿਆ ਵੰਡਾ ਲੈ ਕੇ ਜਾਣਾ ਜੀ। ਅੱਲਾ ਖਿਆਲ ਰੱਖੇ, ਦੇਖਦੇ ਹਾਂ ਸਫਾਈ ਕਰਾ ਰਹੇ ਹਾਂ, ਮੇਰੇ ਸੁਣੀ ਰੱਖੇ ਜੇਬਰ ਲੱਗੀ ਹੈ, ਤੇ ਮੈਂ ਤੋਂ ਬਾਅਦ ਇਨਸ਼ਾਅੱਲਾ ਕਰਾਂਗੇ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਲਓ ਮੈਂ ਪਹੁੰਚ ਗਿਆ ਜੀ ਚੌਧਰੀ ਯੂਸਫ ਜੱਟ ਦੀ ਦੁਕਾਨ ਤੇ। ਮੈਂ ਲੈਣੀ ਹੈ ਇੱਥੋਂ ਇੱਕ ਵੰਡੇ ਦੀ ਬੋਰੀ, ਗਾਂ ਦਾ ਵੰਡਾ ਜਿਹੜਾ ਹੈ ਉਹ ਖਤਮ ਹੋਇਆ ਹੋਇਆ, ਤੇ ਚੌਧਰੀ ਸਾਹਿਬ ਲਵਾ ਰਹੇ ਹਾਂ ਜੀ ਵੰਡਾ, ਰਕਸ਼ਾ ਲੱਗਦਾ ਇਹਨਾਂ ਦਾ ਜੀ। ਸੁਬਹਾ ਸੁਬਹਾ ਹੀ ਪਹੁੰਚ ਗਿਆ ਜੀ, ਮਾਸ਼ਾਅੱਲਾ ਜੀ ਜ਼ਬਰਦਸਤ। ਇਹ ਹੈ ਜੀ ਚੌਧਰੀ ਸਾਹਿਬ ਦੀ ਤੁਹਾਨੂੰ ਦੁਕਾਨ ਦਾ ਆ ਜਾਓ ਵਿਜ਼ਿਟ ਥੋੜ੍ਹਾ ਜਿਹਾ ਕਰਾਉਂਦੇ ਹਾਂ। ਇਹ ਹੈਗੀ ਹੈ ਜੀ ਚੌਧਰੀ ਸਾਹਿਬ ਦੀ ਸਪਰੇਆਂ ਵਾਲੀ ਦੁਕਾਨ ਜਨਾਬ, ਗੁਲਾਮ ਫਰੀਦ ਅਤੇ ਚੌਧਰੀ ਸਾਹਿਬ ਨੇ ਜੀ ਇਹ ਮਿਲ ਕੇ ਬਣਾਈ ਹੋਈ ਹੈ ਜੀ। ਮਾਸ਼ਾਅੱਲਾ ਜੀ, ਅੱਲਾ ਪਾਕ ਇਹਨਾਂ ਦੇ ਕਾਰੋਬਾਰ 'ਚ ਬਰਕਤ ਪਾਵੇ ਜਨਾਬ। ਦੁਆ ਕਰੋ ਸਾਰੇ ਵੀਰ ਭਰਾ। ਸੋਹਣਾ ਸੈਟਅਪ ਆ ਜੀ, ਅਤੇ ਇਹ ਹੈ ਜੀ ਰੋਡ ਸਾਡਾ ਮੇਨ ਰੋਡ ਤਾਂਦਲਿਆਂ ਵਾਲਾ ਰੋਡ। ਲਓ ਜੀ ਚੌਧਰੀ ਸਾਹਿਬ, ਲਓ ਜੀ ਰਾਣਾ ਬਿੱਲੂ ਨੇ ਰੱਖ ਦਿੱਤੀ ਹੈ ਸਾਡੀ ਵੰਡੇ ਦੀ ਬੋਰੀ ਸਾਡੇ ਮੋਟਰਸਾਈਕਲ ਦੇ ਉੱਤੇ ਠਾ ਕਰਕੇ, ਅਤੇ ਉਹ ਪੀਲੀ ਟੋਪੀ ਵਾਲਾ ਭਾਈ ਇੱਕ ਆਇਆ, ਇਹਨੂੰ ਦੇਖਦੇ ਹਾਂ ਕੌਣ ਹੈ, ਆਓ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਹਾਂ। ਕਿਉਂ ਜੀ ਚੌਧਰੀ ਸਾਹਿਬ, ਇਹ ਮਸਜਿਦ ਵਾਸਤੇ ਪੈਸੇ ਲੈ ਰਹੇ? ਮਸਜਿਦ ਦੇ ਨਹੀਂ, ਯੂਨੀਅਨ ਕੌਂਸਲ ਦੇ। ਯੂਨੀਅਨ ਕੌਂਸਲ ਦੇ ਕਿਹੜੇ? ਸਫਾਈ ਵਾਲੇ? ਸਫਾਈ ਮਹਿਕਮਾ ਤਾਜਾਵਾਲ। ਇਹ 50 ਰੁਪਏ ਜਿਹੜਾ ਜਨਾਬ ਜੀ, ਹੈ 200 ਦੁਕਾਨ, ਇਹ ਦੁਕਾਨ ਨੂੰ 200 ਆ? ਹਾਂਜੀ। ਤੇ ਉਸਤਾਦ ਜੀ ਸਫਾਈ ਤੁਸੀਂ ਇਹ ਬਾਹਰੋਂ ਬਾਹਰ ਕਰਦੇ ਹੋ, ਪਿੰਡ 'ਚ ਤਾਂ ਕਰਦੇ ਨਹੀਂ, ਅਸੀਂ ਹਲੇ ਵੀ 300 ਰੁਪਈਆ ਭਰ ਰਹੇ ਹਾਂ। ਇਹ ਜਨਾਬ ਜਿਹੜਾ ਨਾ ਪਿੰਡ ਵਾਲਾ ਹੈ, ਮਹੱਲੇ ਵਾਲਾ ਨੰਬਰ ਵਾਈਜ਼ ਪਾਏ ਹੋਏ ਆ। ਹਾਂ, ਮੇਨ ਜਿਹੜੀ ਅਸੀਂ ਹਫ਼ਤੇ 2 ਦਫਾ ਕੱਢਦੇ ਹਾਂ। ਨਹੀਂ ਮੇਨ ਤਾਂ ਤੁਸੀਂ ਕੱਢਦੇ, ਸਾਡੇ ਮਹੱਲੇ ਤਾਂ ਤੁਸੀਂ ਨਜ਼ਰ ਨਹੀਂ ਆਏ, ਤੁਸੀਂ 50 ਰੁਪਏ ਵਸੂਲਦੇ ਸਾਡੇ ਵੱਲੋਂ ਵੀ ਜਾ ਕੇ? ਹਾਂ
देखो जी ढेरी आ पई है जी, पैसे लैन आ गए चेक करो जी। नहीं उस्ताद जी तुसी पिंड च क्यों नहीं शुरू कर रहे? पिंड जी सैकटरी साहब नूं पता, फजल रहमान साहब नूं। इह हुण फजल रहमान साहब नाल गल करिए। लो जी आपां पहुंच गए जी खेतां दे विच। हुण जी आ थानूं इत्थे दा कोई रूटीन दिखाने, अज काम करन नूं है कोई नहीं, पानी शानी सारा लग्या होया जनाब जी, काम कोई नहीं है। अज मैं अपनी वीडियो दे आखर दे विच ना जी दसांगा टिकटॉक लाइव जाने का तरीका, ठीक है जी। कि पहले मैं दरअसल ये चैनल जिहड़ा बनाया सी होर काम वास्ते, लेकिन इहनूं मैं हुण ब्लॉग ते शिफ्ट कर लिया, ते आपां इहदे विच सारे तरीके भी दस्या करांगे। ये दो काम एक तीर नाल दो शिकार करिया करांगे, ब्लॉगिंग भी करिया करांगे, ते जनाब जी जिहड़े कोई माड़ी मोटी मालूमात उह वी वीरां भरावां नाल जिहड़ा ना शेयर करिया करांगे। लो जी गावां खुल्लियां, एक वारी रज्जियां खड़ियां आ, पट्ठे छड्डे होए आ उहनां ने। ਆਪਾਂ ਚੱਲਦੇ ਅੰਦਰ ਅਤੇ ਵਾਜਦ ਅਲੀ ਨਾਲ ਗੱਲ ਕਰਦੇ ਹਾਂ ਜੀ। ਵਾਜਦ ਕੀ ਕਰ ਰਿਹਾ ਮੈਂ ਦੇਖੋ ਜੀ ਮਾਹੌਲ ਅੰਦਰ ਦਾ। ਉਹ ਬੈਠਾ ਜੀ ਵਾਜਦ ਸਾਹਿਬ। ਲਓ ਜੀ ਬੱਕਰੀ ਦਾ ਬੱਚਾ ਪੀ ਰਿਹਾ ਆ ਦੁੱਧ, ਕਿਆ ਬਾਤ ਹੈ ਜੀ ਜ਼ਬਰਦਸਤ। ਦੇਖੋ ਜੀ ਤੁਸੀਂ ਵੀ ਜ਼ਰਾ ਚੈੱਕ ਕਰੋ ਜੀ, ਵਾਹ ਜੀ ਵਾਹ, ਪੇਟ ਭਰ ਰਿਹਾ ਜੀ ਆਪਣਾ। ਇਹ ਬੱਕਰੀ ਦੀ ਸੂਈ ਹੈ ਜੀ, ਤਿੰਨ ਚਾਰ ਦਿਨ ਹੋਏ ਆ ਹਾਲੇ। ਹੈਂ ਲਓ ਜੀ ਮੈਂ ਤੁਹਾਨੂੰ ਅੱਜ ਦਿਖਾਉਣਾ ਆਪਣੇ ਕਬੂਤਰ ਵੀ। ਇਹ ਦੇਖੋ ਇਹ ਹੈਗਾ ਜੀ ਆਪਣਾ ਕਬੂਤਰਾਂ ਦਾ ਕੋਠਾ ਜੀ। ਬੇਸਿਕਲੀ ਮੇਰੇ ਨਹੀਂ ਹੈ, ਛੋਟੇ ਭਰਾ ਨੇ ਰੱਖੇ ਹੋਏ ਆ, ਲੇਕਿਨ ਤੁਹਾਨੂੰ ਇਹਨਾਂ ਨੂੰ ਦਿਖਾਉਣਾ ਜੀ, ਤੁਸੀਂ ਵੀ ਦੇਖੋ। ਬੱਚੇ ਵੀ ਕੱਢੇ ਹੋਏ ਆ ਜੀ, ਉਹ ਛੋਟੇ ਨਜ਼ਰ ਆ ਰਹੇ ਜੀ। ਅਸਲ 'ਚ ਇੰਝ ਆ ਵੀ ਜਿਵੇਂ ਅਗਾਂਹ ਚੱਲ ਗਿਆ ਨਾ, ਅਤੇ ਕੋਈ ਪਤਾ ਨਹੀਂ ਬਾਹਰ ਨਿਕਲ ਜਾਣ ਅਤੇ ਉੱਡ ਉੱਡ ਜਾਣ, ਆਪਣੇ ਨਾਵੇਂ ਲੱਗ ਜਾਣ। ਉਹ ਦੇਖੋ ਦੋ ਛੋਟੇ ਛੋਟੇ ਬੱਚੇ ਹਾਂਜੀ। ਚਲੀਏ ਜੀ ਹੁਣ ਆਪਾਂ ਦੇਖਦੇ ਹਾਂ ਬਾਹਰ ਦਾ ਮਾਹੌਲ, ਬਾਹਰ ਕੀ ਹਾਲਾਤ ਆ। ਲਓ ਜੀ ਵਾਜਦ ਲੈ ਕੇ ਜਾ ਰਿਹਾ ਬੱਕਰੀਆਂ। ਅੱਛਾ ਆਪਾਂ ਕੀਤੀ ਸੀ, ਮੈਂ ਕੀਤੀ ਸੀ ਗੰਦਮ ਨੂੰ ਸਪਰੇਅ ਜੀ, ਅੱਜ ਹੋ ਗਏ 5 ਦਿਨ ਜੜੀ ਬੂਟੀ ਮਾਰ ਹੈ। ਉਹ ਚੈੱਕ ਕਰਦੇ ਹਾਂ ਜੀ ਕਿ ਉਹਨੇ ਕੋਈ ਆਪਣਾ ਅਮਲ ਜਾਰੀ ਕੀਤਾ ਕਿ ਨਹੀਂ, ਕੋਈ ਗੰਦ ਜਿਹੜਾ ਆ ਜੜੀ ਬੂਟੀਆਂ ਉਹ ਮਰਨ ਵੀ ਲੱਗੀਆਂ ਕਿ ਨਹੀਂ। ਆਹ ਤੁਹਾਨੂੰ ਵੀ ਚੈੱਕ ਕਰਾਉਣਾ ਨਾਲ, ਕੋਈ ਕੋਈ ਤਾਂ ਨਜ਼ਰ ਆ ਰਹੇ ਆ, ਲੇਕਿਨ ਚੈੱਕ ਕਰਦੇ ਹਾਂ ਜੀ। ਲਓ ਜੀ ਬਿਲਕੁਲ ਆਪਣਾ ਅਸਰ ਜੀ ਜ਼ਹਿਰ ਨੇ ਦਿਖਾਉਣਾ ਸ਼ੁਰੂ ਕਰਤਾ। ਦੇਖੋ ਇਹ ਪੱਤੇ ਇਹਨਾਂ ਦੇ ਪੀਲੇ ਹੋ ਗਏ ਆ, ਅਤੇ ਕਣਕ ਉੱਤੇ ਆਉਣਾ ਸ਼ੁਰੂ ਹੋ ਗਈ, ਅਤੇ ਉਹ ਜਿਹੜੇ ਆ ਜੜੀ ਬੂਟੀ ਖਤਮ ਹੁੰਦੀ ਜਾ ਰਹੀ ਹੈ। ਹਾਂਜੀ ਹੁਣ ਆਪਾਂ ਗੱਲ ਕਰਾਂਗੇ ਜੀ ਕਿ ਟਿਕਟੋਕ 'ਤੇ ਲਾਈਵ ਕਿਸ ਤਰ੍ਹਾਂ ਜਾਇਆ ਜਾਂਦਾ। ਇਹ ਦੋਸਤਾਂ ਵੀਰਾਂ ਨਾਲ ਮੇਰੀ ਪਹਿਲੇ ਗੱਲ ਸੀ, ਮੈਂ ਇੱਕ ਵੀਡੀਓ ਪਹਿਲੇ ਪਾਈ ਸੀ ਕਿ ਗੱਲ ਕਰਾਂਗੇ ਉਹਨੂੰ, ਕਾਫੀ ਦਿਨ ਹੋ ਗਏ, ਲੇਕਿਨ ਅੱਜ ਮੈਂ ਉਹ ਤੁਹਾਨੂੰ ਦੱਸਦਾ। ਲਓ ਜੀ ਸੂਰਜ ਨੇ ਵੀ ਚਿਹਰਾ ਦਿਖਾਇਆ ਜੀ, ਮਾਸ਼ਾਅੱਲਾ। ਬਹਰਲ ਆਪਾਂ ਗੱਲ ਕਰਦੇ ਹਾਂ ਕਿ ਟਿਕਟੋਕ ਲਾਈਵ ਕਿਸ ਤਰ੍ਹਾਂ ਜਾ ਸਕਦਾ ਆਸਾਨੀ ਦੇ ਨਾਲ ਪਾਕਿਸਤਾਨ ਦੇ ਵਿੱਚ, ਕਿਉਂਕਿ ਟਿਕਟੋਕ ਲਾਈਵ ਜਿਹੜੀ ਆ ਬੈਨ ਆ, ਇਸ ਵਾਸਤੇ ਕੋਈ ਨਾ ਕੋਈ ਜੁਗਾੜ ਹੀ ਲਾਉਣਾ ਪੈਣਾ। ਟਿਕਟੋਕ ਲਾਈਵ ਤਾਂ ਇੱਥੋਂ ਬੰਦਾ ਆਮ ਇਸਤੇਮਾਲ ਨਹੀਂ ਕਰ ਸਕਦਾ। ਦੋਸਤੋ ਪਾਕਿਸਤਾਨ ਦੇ ਜਿਹੜੇ ਸਟਾਰ ਜਿਹੜੇ ਆ ਨਾ ਟਿਕਟੋਕ ਦੇ, ਉਹ ਇਸ ਟਾਈਮ ਲਾਈਵ ਇਸਤੇਮਾਲ ਕਰਕੇ ਜਿਨ੍ਹਾਂ ਦੇ ਅੱਛੇ ਫਾਲੋਅਰ ਆ ਉਹ ਅੱਛੀ ਖਾਸੀ ਅਰਨਿੰਗ ਵੀ ਕਰ ਰਹੇ ਆ। ਲੇਕਿਨ ਟਿਕਟੋਕ ਦੀ ਜਿਹੜੀ ਸ਼ਰਤ ਆ ਨਾ ਲਾਈਵ ਜਾਣ ਵਾਸਤੇ, ਉਹ ਇੱਕ ਹੀ ਆ ਕਿ 1000 ਫਾਲੋਅਰ ਬੰਦੇ ਕੋਲ ਹੋਣੇ ਚਾਹੀਦੇ ਆ। ਮੈਂ ਆਪਣੇ ਦੂਸਰੇ ਅਕਾਊਂਟ ਤੋਂ ਟਿਕਟੋਕ ਲਾਈਵ ਇਸਤੇਮਾਲ ਕਰਦਾ ਹਾਂ, ਇਸ ਵਾਸਤੇ ਮੈਂ ਆਮ ਦੇਖਿਆ ਕਿ ਜਿਹੜੇ ਬੜੇ ਬੜੇ ਯੂਜ਼ਰ ਆ ਨਾ ਉਹ ਤਾਂ ਟਿਕਟੋਕ 'ਤੇ ਮੌਜੂਦ ਆ, ਲੇਕਿਨ ਛੋਟੇ ਯੂਜ਼ਰ ਜਿਹੜੇ ਇੱਧਰ ਉੱਧਰ ਹੀ ਟੱਕਰਾਂ ਮਾਰ ਰਹੇ ਆ, ਕਿਸੇ ਕੋਲੋਂ ਪੁੱਛ ਕਿੱਧਰੋਂ, ਇੱਧਰੋਂ ਪੁੱਛ ਇੱਧਰੋਂ ਪੁੱਛ। ਟਿਕਟੋਕ ਲਾਈਵ ਜਿਹੜਾ ਨਾ ਜੁਗਾੜ, ਉਹ 3 ਜੁਗਾੜ ਆ ਜੀ। ਜਿਹੜਾ ਪਹਿਲਾ ਜੁਗਾੜ ਉਹ ਆ VPN ਦੇ ਜ਼ਰੀਏ। VPN ਦੇ ਜ਼ਰੀਏ ਅਗਰ ਤੁਸੀਂ ਟਿਕਟੋਕ ਲਾਈਵ ਇਸਤੇਮਾਲ ਕਰਨੀ ਚਾਹੀਦੀ ਆ, ਤੁਹਾਡੇ ਕੋਲ ਤਕੜਾ ਮੋਬਾਈਲ ਅਤੇ ਇੰਟਰਨੈਟ ਕਨੈਕਸ਼ਨ ਵੀ ਅੱਛਾ ਹੋਣਾ ਚਾਹੀਦਾ, ਠੀਕ ਆ। ਅਤੇ ਆਮ ਬੰਦੇ ਦੀ ਵੈਸੇ ਨਹੀਂ ਸਮਝ ਜਾਂਦਾ ਕਿ ਮੈਂ ਯਾਰ VPN ਜਿਹੜਾ ਆ ਇਸਤੇਮਾਲ ਕਿਸ ਤਰ੍ਹਾਂ ਕਰਨਾ। ਦੱਸਣ ਵਾਲੇ ਤਾਂ ਦੱਸ ਕੇ ਉਹ ਟੁੱਟ ਜਾਂਦੇ ਆ ਕਿ ਜੀ VPN ਦੇ ਜ਼ਰੀਏ ਇਸ ਤਰ੍ਹਾਂ ਇੰਸਟਾਲ ਕਰੋ, ਉਹਦੇ 'ਚ ਲੌਗਇਨ ਹੋ, ਇਹ ਕਰੋ ਵੋ ਕਰੋ, ਅਤੇ ਜਿਹੜਾ ਆਮ ਯੂਜ਼ਰ ਆ ਉਹ ਤਾਂ ਨਹੀਂ ਫਿਰ ਇਸਤੇਮਾਲ ਕਰ ਸਕਦਾ। ਬਹਰਹਾਲ ਇੱਕ ਤਰੀਕਾ VPN ਦੇ ਜ਼ਰੀਏ ਆ, ਮੈਂ ਤਰੀਕਾ ਤਾਂ ਨਹੀਂ, ਮੈਂ ਤੁਹਾਨੂੰ ਜੁਗਾੜ ਹੀ ਕਹਿੰਦਾ। ਦੂਸਰਾ ਜਿਹੜਾ ਜੁਗਾੜ ਹੈਗਾ ਆ ਉਹ ਇਹ ਹੈਗਾ ਕਿ ਤੁਸੀਂ ਗੂਗਲ ਕਰੋਮ ਤੋਂ ਨਾ ਜੀ
टिकटॉक नू पहले अपनी टिकटॉक डिलीट करो, गूगल क्रोम तो उन्हों डाउनलोड करके ना जी उस दे जरिए वह भी इतने ज्यादा बंदे कामयाब नहीं होते किसी का चल जाता भी जुगाड़ किसी का वह भी नहीं लगता। लेकिन टिकटॉक लाइव जाने वास्ते ना सब तो आसान जिहड़ा तरीका ना आम बंदे वास्ते वो एक ही आ, वो हैगा कि थोड़े कोल बाहर की सिम होनी चाहिए है किसी भी मुल्क की जिथे टिकटॉक लाइव चलती है। थोड़े कोल सऊदीया दी होवे, ओमान दी होवे, थोड़े कोल दुबई दी होवे, किसी जगह दे भी बाहर दी यूएस किसी जगह दी भी थोड़े कोल अगर सिम मौजूद है ना बाहर दी ते तुसी टिकटॉक लाइव इस्तेमाल कर सकते। इस वास्ते तुसी किसी बाहरों किसी दोस्त कोलों सिम जिहड़ी आ उह मंगवा लो, या बहुत सारे हर महल्ले दे विचों तकरीबन महल्ले चो ना ला लो कि दो चार एक दो महल्ले छड़ के ला लो, एक ना एक बंदा इहो जिहा मौजूद हुंदा जिहड़ा कि दुबई तो या सऊदीया तो वापस आया हुंदा, उहदे उह सिम किसी काम की नहीं है घर पई है उहदे कोलों तुसी लै सकदे हो। मेरे हिसाब दे विच इक्को ही जुगाड़ आ आम बंदे वास्ते, इह जिहड़ी मैं गल कीती आ इह आम वास्ते आ, वरना तां वीपीएन दे जरिए भी और गूगल क्रोम तो डाउनलोड करके भी और बाहरलों सिम तीन तरीके हैं। लेकिन आम जिहड़ा ना जी आम बंदे वास्ते मेरे वास्ते आम जिहड़ा टिकटॉक दा यूजर है ना उहदे वास्ते इक्को तरीका बेस्ट आ कि वह बाहर दी सिम लै लवे, यह वीडियो इहदी देख उहदी देख कोई फायदा नहीं। बहुत सारे लोग इहदे ते वीडियो बनांदे आ लेकिन बंदे देख देख के टकरा मार के बेचारे रह जांदे। और टिकटॉक तो पैसे कमाण दे कितने तरीके आ इहदे बारे आपां गल करांगे अगली वीडियो दे विच आसान दे आसान जे लफ्ज़ां दे विच। तो दोस्तों मेरी थोड़े अगे इक्को ही दरखास्त है कि मेरे यूट्यूब चैनल नूं सबसक्राइब जरूर करिया करो देसी माहौल नूं, और मेरी जिहड़ी आ टिकटॉक है नवीं आईडी है इहनूं लाइक शेयर ते फॉलो जरूर करो। बड़ी मेहरबानी होएगी दोस्तों वीरां दी। वस्सलाम।